ओम शांति 2 नवंबर 2021 बाबा दी साकार मुरली बाबा ने किया मीठे बच्चे ਤੁਸੀਂ ਮਨਸਾ वाचा ਕਰਮਣਾ ਐਕਿਊਰੇਟ ਬੰਨਾ ਨੇ ਕਿਉਂਕਿ ਤੁਸੀਂ ਦੇਵਤਾਵਾਂ ਤੋਂ ਵੀ ਉੱਚ ਬ੍ਰਾਹਮਣ ਛੋਟੇ ਹੋ बाबा ਕੀ ਕਹਿੰਦੇ ਐ ਮਿੱਠੇ ਬੱਚੇ ਕਿ ਤੁਸੀਂ ਮਨਸਾ वाचा ਕਰਮਣਾ ਐਕਿਊਰੇਟ ਬੰਨਾ ਹੈ ਕਿਉਂਕਿ ਤੁਸੀਂ ਦੇਵਤਾਵਾਂ ਤੋਂ ਵੀ ਉੱਚ ਬ੍ਰਾਹਮਣ ਛੋਟੇ ਹਾਂ ਪ੍ਰਸ਼ਨ ਹੈ ਸਭ ਤੋਂ ਗੁਪਤ ਤੇ ਮਹੀਨ ਗੱਲ ਕਿਹੜੀ ਹੈ ਜੋ ਬੱਚੇ ਹੀ ਮੁਸ਼ਕਿਲ ਨਾਲ ਸਮਝ ਸਕਦੇ ਨੇ 바ਵਾ ਕਹਿੰਦੇ ਸਾਰਿਆਂ ਨਾਲੋਂ ਗੁਪਤ ਤੇ ਮਹੀਨ ਗੱਲ ਕਿਹੜੀ ਹੈ ਇਸ ਡਰਾਮਾ ਦੀ ਜੋ ਬੱਚੇ ਵੀ ਮੁਸ਼ਕਿਲ ਨਾਲ ਸਮਝ ਸਕਦੇ ਨੇ ਉੱਤਰ ਹੈ ਸ਼ਿਬਾਵਾ ਤੇ ਬ੍ਰਹਮਾ ਬਾਬਾ ਦਾ ਭੇਦ ਸਮਝਣਾ ਇਹ ਸਭ ਤੋਂ ਗੁਪਤ ਤੇ ਮਹੀਨ ਗੱਲ ਨੇ ਇਸ ਵਿੱਚ ਕਈ ਬੱਚੇ ਮੂੰਝ ਜਾਂਦੇ ਨੇ ਇਹ ਰਾਜ ਸਵੈਮ ਬਾਪ ਦੱਸਦੇ ਨੇ ਕਿ ਮੈਂ ਸਵੇਰੇ ਸਵੇਰੇ ਇਸ ਤਨ ਦੁਆਰਾ ਤੁਸੀ ਬੱਚਿਆਂ ਨੂੰ ਪੜ੍ਹਾਉਂਦਾ ਹਾਂ ਬਾਕੀ ਇਸ ਤਰ੍ਹਾਂ ਨਹੀਂ ਕਿ ਮੈਂ ਸਾਰਾ ਦਿਨ ਐਨਾ ਉੱਤੇ ਸਵਾਰੀ ਕਰਦਾ ਹਾਂ ਓਮ ਸ਼ਾਂਤੀ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਨੇ ਬੱਚੇ ਕੋਣ ਹੈ ਬ੍ਰਾਹਮਣ ਇਹ ਕਦੇ ਭੁੱਲੋ ਮਤ ਕਿ ਅਸੀਂ ਬ੍ਰਾਹਮਣਾਂ ਦੇਵਤਾ ਬਨਣ ਵਾਲੇ ਹਾਂ ਬ੍ਰਾਹਮਣਾ ਨੂੰ ਹੀ ਯਾਦ ਕਰਨਾ ਬਾਬਾ ਕਹਿੰਦੇ ਕਿ ਵਰਨਾ ਨੂੰ ਹੀ ਯਾਦ ਕਰਨਾ ਹੁੰਦਾ ਹੈ ਇੱਥੇ ਤੁਸੀਂ ਆਪਸ ਵਿੱਚ ਬ੍ਰਾਹਮਣ ਹੀ ब्राह्मण ਹੋਂ ਤਾਂ ਬ੍ਰਾਹਮਣਾ ਨੂੰ ਬੇਹਦ ਦਾ ਬਾਪ ਪੜਾਉਂਦੇ ਨੇ ਇਹੇ ਬ੍ਰਹਮਾ ਨੇ ਪੜਾਉਂਦੇ ਸ਼ੀ巴巴 ਪੜਾਉਂਦੇ ਨੇ ਬ੍ਰਹਮਾ ਦੁਆਰਾ ਬ੍ਰਾਹਮਣਾ ਨੂੰ ਪੜਾਉਂਦੇ ਨੇ ਸ਼ੁਦਰ ਤੋਂ ਬ੍ਰਾਹਮਣ ਬਨਨ ਬਗੈਰ ਦੇਵਤਾ ਬਨ ਨਹੀਂ ਸਕਦੇ ਵਰਸਾ ਤਾਂ ਸ਼ੀ巴巴 ਤੋਂ ਹੀ ਮਿਲਦਾ ਨੇ ਸ਼ੀ巴巴 ਤਾਂ ਸਾਰਿਆਂ ਦਾ ਬਾਪ ਐ ਇਸ ਬ੍ਰਹਮਾ ਨੂੰ ਗ੍ਰੈਂਡ ਫਾਦਰ ਕਿਹਾ ਜਾਂਦਾ ਨਹੀਂ ਲੋਕਿਕ ਬਾਪ ਤਾਂ ਸਾਰਿਆਂ ਦਾ ਹੀ ਹੁੰਦਾ ਨੇ ਪਰ ਲੋਕਿਕ ਬਾਪ ਨੂੰ ਭਗਤੀ ਮਾਰਗ ਵਿੱਚ ਯਾਦ ਕਰਦੇ ਹਾਂ ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਇਹ ਅਲੋਕਿਕ ਬਾਪ ਹੈ ਜਿਹਨੂੰ ਕੋਈ ਨਹੀਂ ਜਾਣਦੇ ਭਲ ਬ੍ਰਹਮਾ ਦਾ ਵੀ ਮੰਦਿਰ ਹੈ ਇੱਥੇ ਵੀ ਪ੍ਰਜਾ ਪਿਤਾ ਆਦੀ ਦੇਵ ਦਾ ਮੰਦਿਰ ਹੈ ਤਾਂ ਉਹਨੂੰ ਮਹਾਵੀਰ ਕਿਹਾ ਜਾਂਦਾ ਹੈ ਕੋਈ ਦਿਲ ਵਾਲਾ ਵੀ ਕਹਿੰਦੇ ਨੇ ਪਰੰਤੂ ਵਾਸਤਵ ਵਿੱਚ ਦਿਲ ਲੈਣ ਵਾਲਾ ਹੈ ਸ਼ਿਵ ਬਾਬਾ ਨਾ ਕਿ ਬ੍ਰਹਮਾ ਸਾਰੀਆਂ ਆਤਮਾਵਾਂ ਨੂੰ ਸਦਾ ਸੁਖੀ ਕਰਨ ਵਾਲਾ ਖੁਸ਼ੀ ਦੇਣ ਵਾਲਾ ਇੱਕ ਹੀ ਬਾਪ ਨੇ ਇਹ ਵੀ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ ਦੁਨੀਆ ਵਿੱਚ ਤਾਂ ਮਨੁष्य ਕੁਛ ਵੀ ਜਾਣਦੇ ਨਹੀਂ ਅਸੀਂ ਬ੍ਰਾਹਮਣ ਹੀ ਸ਼ਿਵਾਵਾ ਤੋਂ ਵਰਸਾ ਲੈਂਦੇ ਹਾਂ ਤੁਸੀਂ ਵੀ ਘੜੀ ਘੜੀ ਭੁੱਲ ਜਾਂਦੇ ਹੋ ਯਾਦ ਹੈ ਬੜੀ ਸਹਿਜ ਯੋਗ ਅक्षर ਸੰਿਆਸੀਆਂ ਨੇ ਰੱਖਿਆ ਨੇ ਤੁਸੀਂ ਤਾਂ ਬਾਪ ਨੂੰ ਯਾਦ ਕਰਦੇ ਹੋ ਯੋਗ ਤਾਂ ਕੋਮਨ ਅक्षर ਨੇ ਇਹਨਾਂ ਨੂੰ ਯੋਗ ਇਹਨੂੰ ਯੋਗ ਆਸ਼ਰਮ ਨਹੀਂ ਕਵਾਂਗੇ ਬਾਪ ਤੇ ਬੱਚੇ ਬੈਠੇ ਨੇ ਬੱਚਿਆਂ ਦਾ ਫਰਜ਼ ਨੇ ਬੇਹਦ ਦੇ ਬਾਪ ਨੂੰ ਯਾਦ ਕਰਨਾ ਅਸੀਂ ਬ੍ਰਾਹਮਣ ਹਾਂ ਦਾਦੇ ਤੋਂ ਵਿਰਸਾ ਲੈਂਦੇ ਹਾਂ ਬ੍ਰਹਮਾ ਦੁਆਰਾ ਐਸਲੇ ਸ਼ਿਬਾਵਾ ਕਹਿੰਦੇ ਨੇ ਜਿੰਨਾ ਹੋ ਸਕੇ ਯਾਦ ਕਰਦੇ ਰੋ ਚਿੱਤਰ ਵੀ ਭਲੇ ਯਾਦ ਰੱਖੋ ਯਾਦ ਤਾਂ ਰਹੇਗੀ ਨਾ ਕਿ ਅਸੀਂ ਬ੍ਰਾਹਮਣ ਨੇ ਬਾਪ ਤੋਂ ਵਿਰਸਾ ਲੈਂਦੇ ਨੇ ब्राह्मण ਕਦੇ ਆਪਣੀ ਜਾਤੀ ਨੂੰ ਭੁੱਲਦੇ ਨਹੀਂ ਤੁਸੀਂ शूद्रਾਂ ਦੇ ਸੰਗ ਵਿੱਚ ਆਨ ਨਾਲ ਬ੍ਰਾਹਮਣ ਪਨੇ ਨੂੰ ਭੁੱਲ ਜਾਂਦੇ ਹੋ ਬ੍ਰਾਹਮਣ ਤਾਂ ਦੇਵਤਾਵਾਂ ਤੋਂ ਵੀ ਉੱਚ ਨੇ ਕਿਉਂਕਿ ਤੁਸੀਂ ਬ੍ਰਾਹਮਣ ਨੋਲੇਜਫੁਲ ਹੋ ਭਗਵਾਨ ਨੂੰ ਜਾਣੀ ਜਾਣਨ ਹਾਰ ਕਹਿੰਦੇ ਨੇ ਨਾ ਤਾਂ ਇਸ ਦਾ ਅਰਥ ਏ ਨਹੀਂ ਕਿ ਸਾਰਿਆਂ ਦੇ ਦਿਲ ਵਿੱਚ ਕੀ ਹੈ ਉਹ ਬੈਠ ਦੇਖਦਾ ਹਾਂ ਨਹੀਂ ਉਹਨਾਂ ਨੂੰ ਸ੍ਰਿਸ਼ਟੀ ਦੇ ਆਦ ਮੱਧ ਅੰਤ ਦੀ ਨੌਲੇਜ ਹੈ ਉਹ ਬੀਜ ਰੂਪ ਨੇ ਬੀਜ ਛਾੜਦੇ ਆਦ ਮੱਧ ਅੰਤ ਨੂੰ ਜਾਣਦੇ ਨੇ ਤਾਂ ਇਹੋ ਜੀ ਬਾਪ ਨੂੰ ਬਹੁਤ ਬਹੁਤ ਯਾਦ ਕਰਨਾ ਹੈ ਇਹਨਾਂ ਦੀ ਆਤਮਾ ਵੀ ਉਸ ਬਾਪ ਨੂੰ ਯਾਦ ਕਰਦੀ ਹੈ ਤਾਂ ਉਹ ਬਾਪ ਕਹਿੰਦੇ ਨੇ ਕਿ ਇਹ ਬ੍ਰਹਮਾ ਵੀ ਮੈਨੂੰ ਯਾਦ ਕਰਨਗੇ ਤਾਂ ਪਦ ਪਾਣਗੇ ਤੁਸੀਂ ਵੀ ਯਾਦ ਕਰੋਗੇ ਤਾਂ ਪਦ ਪਾਉਗੇ ਪਹਿਲੇ ਪਹਿਲੇ ਤੁਸੀਂ ਬਿਨਾ ਸਰੀਰ ਦੇ ਆਈ ਸੀ ਫਿਰ ਅਸ਼ਰੀਰੀ ਬਣ ਕੇ ਵਾਪਿਸ ਜਾਣਾ ਹੈ ਤਾਂ ਹੁਣ ਸਭ ਦੇ ਦੇ ਸੰਬੰਧੀ ਤੁਹਾਨੂੰ ਦੁੱਖ ਦੇਣ ਵਾਲੇ ਨੇ ਉਹਨਾਂ ਨੂੰ ਕਿਉਂ ਯਾਦ ਕਰਦੇ ਨੇ ਜਦੋਂ ਕਿ ਮੈਂ ਤੁਹਾਨੂੰ ਮਿਲਿਆ ਹਾਂ ਤਾਂ ਮੈਂ ਤੁਹਾਨੂੰ ਨਈ ਦੁਨੀਆ ਵਿੱਚ ਲੈ ਜਾਣ ਆਇਆ ਹਾਂ ਉੱਥੇ ਕੋਈ ਦੁੱਖ ਹੁੰਦਾ ਹੀ ਨਹੀਂ ਉਹ ਹੈ दैवी ਸੰਬੰਧ ਇੱਥੇ ਪਹਿਲਾਂ ਦੁੱਖ ਹੁੰਦਾ ਹੈ ਇਸਤਰੀ ਤੇ ਪੁਰਸ਼ ਦੇ ਸੰਬੰਧ ਵਿੱਚ ਕਿਉਂਕਿ ਵਿਕਾਰੀ ਬੰਦੇ ਨੇ ਤੁਸੀਂ ਤਾਂ 바ਵਾ ਕਹਿੰਦੇ ਤੁਸੀਂ ਮੈਂ ਹੁਣ ਉਸ ਦੁਨੀਆ ਦੇ ਲਾਇਕ ਬਣਾਉਂਦਾ ਹਾਂ 바ਵਾ ਕਹਿੰਦੇ ਤੁਹਾਨੂੰ ਤਾਂ ਮੈਂ ਉਸ ਦੁਨੀਆ ਦੇ ਲਾਇਕ ਬਣਾਉਂਦਾ ਹਾਂ ਜਿੱਥੇ ਵਿਕਾਰ ਦੀ ਕੋਈ ਗੱਲ ਨਹੀਂ ਰਹਿੰਦੀ ਇਹ ਕਾਮ ਮਹਾ ਸ਼ਤਰੂ ਗਾਇਆ ਹੋਇਆ ਨੇ ਜੋ ਕਿ ਆਦਮ ਅੰਤ ਦੁੱਖ ਦਿੰਦਾ ਹੈ ਕ੍ਰੋਧ ਦੇ ਲਈ ਵੀ ਇਸ ਤਰ੍ਹਾਂ ਨਹੀਂ ਕਵਾਂਗੇ ਕਿ ਜੋ ਆਦਮ ਅੰਤ ਦੁੱਖ ਦਿੰਦਾ ਹੈ ਕਾਮ ਨੂੰ ਜੀਤਣਾ ਨਹੀਂ ਉਹੀ ਆਦਮ ਅੰਤ ਦੁੱਖ ਦਿੰਦਾ ਹੈ ਪਤਿਤ ਅक्षर विकार ਤੇ ਪੈਂਦਾ ਹੈ ਤੁਸੀਂ ਦੁਸ਼ਮਨ ਤੇ ਜੀਤ ਪਾਣੀ ਹੈ ਤੁਸੀਂ ਜਾਣਦੇ ਹੋ ਕਿ ਅਸੀਂ ਸਤਿਯੁਗ ਦੇ ਦੇਵੀ ਦੇਵਤਾ ਬਨ ਰਹੇ ਹਾਂ ਜਦੋਂ ਤੱਕ ਇਹ ਨਿਸ਼ਚੈ ਨਹੀਂ ਹੋਇਆ ਉਦੋਂ ਤੱਕ ਕੁਝ ਪਾ ਨਹੀਂ ਸਕਾਂਗੇ ਬਾਬ ਸਮਝਾਉਂਦੇ ਨੇ ਕਿ ਬੱਚਿਆਂ ਨੂੰ ਮਨਸਾ ਵਾਚਾ ਕਰਮਨਾ ਐਕਿਊਰੇਟ ਬੰਨਾ ਨੇ ਮਿਹਨਤ ਹੈ ਦੁਨੀਆ ਵਿੱਚ ਤੇ ਇਹ ਕਿਸੇ ਨੂੰ ਪਤਾ ਹੀ ਨਹੀਂ ਕਿ ਤੁਸੀਂ ਭਾਰਤ ਨੂੰ ਸਵਰਗ ਬਣਾਉਣੀ ਹੋ ਅੱਗੇ ਚੱਲ ਕੇ ਸਮਝਣਗੇ ਚਾਹਦੇ ਵੀ ਨਹੀਂ ਕਿ 1 ਵਰਲਡ 1 ਰਾਜਾ 1 ਰਿਲੀਜੀਅਨ 1 ਪਾਸ਼ਾ ਹੋਵੇ ਤੁਸੀਂ ਸਮਝਾ ਸਕਦੇ ਹੋ ਕਿ ਅੱਜ ਤੋਂ 5000 ਵਰਸ਼ ਪਹਿਲਾਂ ਇੱਕ ਰਾਜੇ ਇੱਕ ਧਰਮ ਸੀ ਜਿਹਨੂੰ ਸਵਰਗ ਕਿਹਾ ਜਾਂਦਾ ਸੀ ਰਾਮ ਰਾਜੇ ਤੇ ਰਾਵਨ ਰਾਜੇ ਨੂੰ ਕੋਈ ਜਾਣਦੇ ਹੀ ਨਹੀਂ ਤੁਸੀਂ ਵੀ ਨਹੀਂ ਜਾਣਦੇ ਸੀ ਹੁਣ ਤੁਸੀਂ ਸਵੱਛ ਬੁੱਧੀ ਬਣਿਓ ਨੰਬਰ 1 ਪੁਰਸ਼ਾਰਥ ਅਨੁਸਾਰ ਤਾਂ ਬਾਪ ਬੈਠ ਤੁਹਾਨੂੰ ਸਮਝਾਉਂਦੇ ਨੇ ਤਾਂ ਜ਼ਰੂਰ ਬਾਪ ਦੀ ਮੱਤ ਤੇ ਚੱਲਣਾ ਪਵੇ ਬਾਪ ਕਹਿੰਦੇ ਨੇ ਪੁਰਾਣੀ ਦੁਨੀਆ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹੋ ਮੈਨੂੰ ਯਾਦ ਵੀ ਕਰਦੇ ਰਹੋ ਤਾਂ ਬਾਪ ਆਤਮਾਵਾਂ ਨੂੰ ਸਮਝਾਉਂਦੇ ਨੇ ਆਤਮਾਵਾਂ ਨੂੰ ਹੀ ਪੜਾਣ ਆਇਆ ਹਾਂ ਇਹਨਾਂ ਆਰਗੰਜ਼ ਦੇ ਦੁਆਰਾ ਇਹ ਤਾਂ ਪੁਰਾਣੀ ਛੀਚੀ ਦੁਨੀਆ ਛੀਚੀ ਸ਼ਰੀਰ ਹੈ ਤੁਸੀਂ ਬ੍ਰਾਹਮਣ ਪੂਜਾ ਦੇ ਲਾਇਕ ਨਹੀਂ ਹੋ ਗਾਇਨ ਲਾਇਕ ਹੋ ਪੂਜਨ ਲਾਇਕ ਤਾਂ ਦੇਵਤਾ ਹੈ ਤੁਸੀਂ ਸ਼੍ਰੀਮਤ ਤੇ ਭਾਰਤ ਨੂੰ ਸਵਰਗ ਬਣਾੰਨੇ ਹੋ ਐਸ ਲਈ ਤੁਹਾਡਾ ਗਾਇਨ ਹੈ ਪੂਜਾ ਨਹੀਂ ਹੋ ਸਕਦੀ ਤਾਂ ਗਾਇਨ ਜ਼ਰੂਰ ਬ੍ਰਾਹਮਣਾਂ ਦਾ ਹੁੰਦਾ ਹੈ ਨਾ ਕਿ ਦੇਵਤਾ ਦਾ ਬਾਪ ਤੁਹਾਨੂੰ ਸ਼ੁੱਧਰ ਤੋਂ ਬ੍ਰਾਹਮਣ ਬਣਾੰਦੇ ਨੇ ਦੇਵਤਾਵਾਂ ਦੀ ਤਾਂ ਆਤਮਾ ਤੇ ਸ਼ਰੀਰ ਦੋਨੋਂ ਹੀ ਪਵਿੱਤਰ ਨੇ ਤਾਂ ਹੁਣ ਤੁਹਾਡੀ ਆਤਮਾ ਪਵਿੱਤਰ ਹੁੰਦੀ ਜਾਂਦੀ ਹੈ। ਸਰੀਰ ਪਵਿੱਤਰ ਨਹੀਂ ਹੈ। ਹੁਣ ਤੁਸੀਂ ਈਸ਼ਵਰ ਦੀ ਮੱਤ ਤੇ ਭਾਰਤ ਨੂੰ ਸਵਰਗ ਬਣਾ ਰਹੇ ਹੋ। ਤੁਸੀਂ ਵੀ ਸਵਰਗ ਦੇ ਲਾਇਕ ਬਣ ਰਹੇ ਹੋ। ਤਾਂ ਸਤੋ ਪਰਦਾਨ ਜ਼ਰੂਰ ਬੰਨਣਾ ਹੈ। ਸਿਰਫ ਤੁਸੀਂ ਬ੍ਰਾਹਮਣ ਹੀ ਹੋ ਜਿਨੂੰ ਬਾਪ ਪੜਾਂਦੇ ਨੇ। ਤਾਂ ਬ੍ਰਾਹਮਣਾ ਦਾ ਝਾੜ ਵ੍ਰਿਦੀ ਨੂੰ ਪਾਉਂਦਾ ਰਹੇਗਾ ਬ੍ਰਾਹਮਣ ਜੋ ਪੱਕੇ ਬਨ ਜਾਣਗੇ ਉਹੀ ਜਾ ਕੇ ਦੇਵਤਾ ਬਨਨਗੇ ਤਾਂ ਇਹ ਨਿਆ ਝਾੜ ਹੈ ਮਾਇਆ ਦੇ ਤੂਫਾਨ ਵੀ ਲੱਗਦੇ ਨੇ ਸਤਿਯੁਗ ਵਿੱਚ ਤਾਂ ਕੋਈ ਤੂਫਾਨ ਨਹੀਂ ਲੱਗੇਗਾ ਉੱਥੇ ਮਾਇਆ ਬਾਬਾ ਦੀ ਯਾਦ ਵਿੱਚ ਰਹਿਣ ਨਹੀਂ ਦਿੰਦੀ ਹੈ ਬਾਬਾ ਕਹਿੰਦੇ ਇੱਥੇ ਤਾਂ ਮਾਇਆ ਬਾਬਾ ਦੀ ਯਾਦ ਵਿੱਚ ਰਨ ਨਹੀਂ ਦਿੰਦੀ ਅਸੀਂ ਜਾਣਦੇ ਹਾਂ ਕਿ ਬਾਬਾ ਦੀ ਯਾਦ ਨਾਲ ਹੀ ਤਮੋ ਪ੍ਰਦਾਨ ਤੋਂ ਸਤੋ ਪ੍ਰਦਾਨ ਬਣਾਂਗੇ ਤਾਂ ਸਾਰਾ ਮਦਾਰ ਹੈ ਯਾਦ ਤੇ ਭਾਰਤ ਦਾ ਪ੍ਰਾਚੀਨ ਯੋਗ ਵੀ ਮਸ਼ਹੂਰ ਹੈ ਵਿਲਾਇਤ ਵਾਲੇ ਚਾਹਦੇ ਨਹੀਂ ਪ੍ਰਾਚੀਨ ਯੋਗ ਆ ਕੇ ਕੋਈ ਸਿਖਾਵੇ ਹੁਣ ਯੋਗ ਵੀ ਦੋ ਪ੍ਰਕਾਰ ਦਾ ਨੇ ਇੱਕ ਨੇ ਹੱਥ ਯੋਗੀ ਤੇ ਇੱਕ ਨੇ ਰਾਜ ਯੋਗੀ ਤੁਸੀਂ ਹੋ ਰਾਜ ਯੋਗੀ ਉਹ ਤਾਂ ਬਹੁਤ ਦਿਨ ਤੋਂ ਚਲੇ ਆਂਦੇ ਨੇ ਰਾਜ ਯੋਗ ਦਾ ਤਾਂ ਹੁਣ ਤੁਹਾਨੂੰ ਹੀ ਪਤਾ ਲੱਗਿਆ ਹੈ ਸੰਿਆਸੀ ਕੀ ਜਾਣਨ ਰਾਜ ਯੋਗ ਨੂੰ ਬਾਪ ਨੇ ਆਕੇ ਦੱਸਿਆ ਨਹੀਂ ਕਿ ਮੈਂ ਆਕੇ ਤੁਹਾਨੂੰ ਰਾਜ ਯੋਗ ਸਿਖਾਉਂਦਾ ਹਾਂ ਕ੍ਰਿਸ਼ਨ ਵੀ ਸਿਖਲਾ ਨਾ ਸਕੇ ਇਹ ਭਾਰਤ ਦਾ ਹੀ ਪ੍ਰਾਚਨ ਯੋਗ ਹੈ ਸਿਰਫ ਗੀਤਾ ਵਿੱਚ ਮੇਰੇ ਬਦਲੇ ਕ੍ਰਿਸ਼ਨ ਦਾ ਨਾਮ ਬਾਦੀਤਾਂ ਨੇ ਕਿੰਨਾ ਫਰਕ ਹੋ ਗਿਆ ਨੇ ਸ਼ਿਵ ਜੰਤਿ ਹੁੰਦੀ ਹੈ ਤਾਂ ਤੁਹਾਡੇ ਬੇਕਉਂਠ ਦੇਵੀ ਜਨਤੀ ਹੁੰਦੀ ਹੈ ਜਿਹਦੇ ਵਿੱਚ ਕ੍ਰੀਸ਼ਨ ਦਾ ਰਾਜ ਹੈ ਤੁਸੀਂ ਜਾਣਦੇ ਹੋ ਕਿ ਸ਼ਿਵ 바ਵਾ ਦੀ ਜਨਤੀ ਹੈ ਤਾਂ ਗੀਤਾ ਦੇ ਵੀ ਜਨਤੀ ਹੁੰਦੀ ਹੈ ਜਿਸ ਵਿੱਚ ਕ੍ਰੀਸ਼ਨ ਦਾ ਰਾਜ ਹੈ ਤੁਸੀਂ ਜਾਣਦੇ ਹੋ ਤੁਸੀਂ ਪਵਿੱਤਰ ਬਣ ਜਾਉਗੇ ਕਲਪ ਪਹਿਲੇ ਮੁਆਫਿਕ ਸਥਾਪਨਾ ਹੋ ਰਹੀ ਹੈ ਤਸਿਬ 바ਵਾਦੀ ਜਯੰਤੀ ਸੁ ਸਵਰਗ ਦੀ ਜਯੰਤੀ 바ਬਾ ਹੀ ਆਕੇ ਸਵਰਗ ਦੀ ਸਥਾਪਨਾ ਕਰਦੇ ਨੇ ਹੁਣ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਯਾਦ ਨਾ ਕਰਨ ਨਾਲ ਮਾਇਆ ਕੁਛ ਨਾ ਕੁਛ ਵੀ ਕਰਮ ਕਰਾ ਦਿੰਦੀ ਨੇ ਯਾਦ ਨਹੀਂ ਕੀਤਾ ਤਾਂ ਲੱਗੀ ਚਮਾਟ ਯਾਦ ਵਿੱਚ ਰਹਿਣ ਨਾਲ ਚਮਾਟ ਨਹੀਂ ਖਾਵਾਂਗੇ ਇਹ ਬੌਕਸਿੰਗ ਹੁੰਦੀ ਹੈ ਤੁਸੀਂ ਜਾਣਦੇ ਹੋ ਕਿ ਸਾਡਾ ਦੁਸ਼ਮਣ ਕੋਈ ਮਨੁੱਖੀ ਨਹੀਂ ਹੈ 라ਵਣ ਦੁਸ਼ਮਣ ਹੈ ਸ਼ਾਦੀ ਕਰਨ ਤੋਂ ਬਾਅਦ ਕੁਮਾਰ ਕੁਮਾਰੀ ਵੀ ਪਤਿਤ ਬਨਣ ਨਾਲ ਇੱਕ ਦੋ ਦੇ ਦੁਸ਼ਮਣ ਬਨ ਜਾਂਦੇ ਨੇ ਸ਼ਾਦੀ ਵਿੱਚ ਲੱਖ ਰੁਪਿਆ ਖਰਚ ਕਰਦੇ ਨੇ ਤਾਂ ਬਾਪ ਕਹਿੰਦੇ ਨੇ ਕਿ ਸ਼ਾਦੀ ਨੇ ਬਰਬਾਦੀ ਹੁਣ ਪਰਲੋਕਿਕ ਬਾਪ ਨੇ ਆਰਡਨਸ ਕਾਲਿਆ ਨੇ ਕਿ ਬੱਚੇ ਇਹ ਕਾਮ ਮਹਾਸ਼ਤਰੂ ਹੈ ਐਤੇ ਜੀਤ ਪੈਨੋ ਤੇ ਪਵਿੱਤਰਤਾ ਦੀ ਪ੍ਰਤੀਜ्ञਾ ਬਨ ਕਰੋ ਕੋਈ ਵੀ ਪਤਿਤ ਨਾ ਬਨੋ ਜਨਮ ਜਨਮਾਂਤਰ ਤੁਸੀਂ ਪਤਿਤ ਹੀ ਬਨਦੇ ਆਇਓ ਇੰਨਾ ਵਿਕਾਰਾਂ ਨਾਲ ਐਸ ਲਈ ਕਾਮ ਮਹਾਸ਼ਤਰੂ ਕਿਹਾ ਜਾਂਦਾ ਨੇ ਬਾਪ ਤਾਂ ਬਹੁਤ ਅੱਛੀ ਰੀਤੀ ਸਮਝਾਉਂਦੇ ਨੇ कि ਤੁਸੀਂ 84 ਜਨਮ ਕਿਨੇ ਲਿੱਤੇ ਨੇ ਹੁਣ ਵਾਪਿਸ ਜਾਣਾ ਹੈ ਤਾਂ ਤੁਸੀਂ ਬੜਾ ਹੀ ਸ਼ੁੱਧ ਅਹੰਕਾਰ ਹੋਣਾ ਚਾਹੀਦਾ ਹੈ ਅਸੀਂ ਆਤਮਾਵਾ ਬਾਪ ਦੀ ਮੱਤ ਤੇ ਚੱਲ ਕੇ ਭਾਰਤ ਨੂੰ ਸਵਰਗ ਬਣਾ ਰਹੇ ਹਾਂ ਅਸੀਂ ਹੀ ਫਿਰ ਸਵਰਗ ਵਿੱਚ ਰਾਜੇ ਕਰਾਂਗੇ ਜਿੰਨੀ ਜੋ ਮਿਹਨਤ ਕਰੂਗਾ ਉਨਾ ਪਦ ਪਾਊਗਾ ਚਾਹੇ ਤਾਂ ਰਾਜਾ ਰਾਣੀ ਬਣੋ ਚਾਹੇ ਪ੍ਰਜਾਤਨੋ ਰਾਜਾ ਰਾਣੀ ਕਿਵੇਂ ਬੰਦੇ ਨੇ ਉਹ ਵੀ ਦੇਖ ਰਹੇ ਹਾਂ ਫਾਲੋ ਫਾਦਰ ਗਾਇਆ ਹੋਇਆ ਨਹੀਂ ਤਾਂ ਇਹ ਹੁੰਨ ਦੀ ਗੱਲ ਨਹੀਂ ਲੋਕਿਕ ਸੰਬੰਧ ਦੇ ਲਈ ਨਹੀਂ ਕਿਹਾ ਜਾਂਦਾ ਇਹ ਤਾਂ ਬਾਪ ਮੱਤ ਦਿੰਦੇ ਨੇ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਪਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਨਮਸਤੇ ਸ਼ੁਕਰੀਆ बाबा ਸ਼ੁਕਰੀਆ ਧਾਰਨਾ ਦੇ ਲਈ ਮੁੱਖਿਆਸਾਰ ਨੇ ਪਹਿਲਾਂ ਸਦਾ ਇਸੀ ਸਮ੍ਰਿਤੀ ਵਿੱਚ ਰਹਿਣਾ ਨੇ ਕਿ ਅਸੀਂ ਬ੍ਰਾਹਮਣ ਹਾਂ ਅਸੀਂ ਬ੍ਰਾਹਮਣਾ ਨੂੰ ਹੀ ਭਗਵਾਨ ਪੜਾਉਂਦੇ ਨੇ ਹੁਣ ਅਸੀਂ ਬ੍ਰਾਹਮਣ ਤੋਂ ਦੇਵਤਾ ਬਣ ਰਹੇ ਹਾਂ दूसरा ज्ञान रत्ना झोली भर के दान करना है इस पतित दुनिया किनारा देना है माया दे तो डरना नहीं है वरदान है पावरफुल स्थिति द्वारा रचना दी सर्व आकर्षण तो दूर रहने वाले मास्टर रचिता भव पावरफुल स्थिति द्वारा ਰਚਨਾ ਦੀ ਸਰਵ ਆਕਰਸ਼ਣਾ ਤੋਂ ਦੂਰ ਰਹਿਣ ਵਾਲੇ ਮਾਸਟਰ ਰਚੀਤਾ ਭਾਵ ਜਦੋਂ ਮਾਸਟਰ ਰਚੀਤਾ ਮਾਸਟਰ ਨੋਲਜ ਫੁੱਲ ਦੀ ਪਾਵਰਫੁਲ ਸਥਿਤੀ ਤੇ ਨਸ਼ੇ ਵਿੱਚ ਸਥਿਤ ਰਵਾਂਗੇ ਤਾਂ ਰਚਨਾ ਦੀ ਸਰਵ ਆਕਰਸ਼ਣਾ ਤੋਂ ਪਰੇ ਰਹਿ ਸਕਾਂਗੇ ਬਾਬਾ ਕਹਿੰਦੇ ਜਦੋਂ ਤੁਸੀਂ ਬੱਚੇ ਮਾਸਟਰ ਰਚੀਤਾ ਤੇ ਮਾਸਟਰ ਨੋਲਜ ਫੁੱਲ ਦੀ ਪਾਵਰਫੁੱਲ ਸਥਿਤੀ ਤੇ नशे ਵਿੱਚ ਸਥਿਤ ਰਹੋਗੇ ਤਾਂ ਆਪਦੀ ਰਚਨਾ ਦੀ ਸਰਵ ਆਕਰਸ਼ਣਾ ਤੋਂ ਪਰੇ ਰਹਿ ਸਕੋਗੇ ਕਿਉਂਕਿ ਹੁਣ ਰਚਨਾ ਔਰ ਵੀ ਪਿੰਨ ਪਿੰਨਾ ਰੰਗ ਟੰਗ ਰੂਪ ਰਚੂਗੀ ਐਸ ਲਈ ਹੁਣ ਬਚਪਨ ਦੀ ਭੁੱਲਾਂ ਅਲਵੇਲੇ ਪੰਨ ਦੀਆਂ ਭੁੱਲਾਂ ਆਲਸੇ ਦੀਆਂ ਭੁੱਲਾਂ ਤੇ ਵੇਪਰਵਾਈ ਦੀਆਂ ਭੁੱਲਾਂ ਜੋ ਰਹੀਆਂ ਹੋਈਆਂ ਨੇ ਉਹਨਾਂ ਨੂੰ ਭੁੱਲ ਕੇ ਹੁਣ ਪਾਵਰਫੁੱਲ शक्तिशाली शक्ति स्वरूप शस्त्रधारी स्वरूप सदा जागती ज्योति स्वरूप ਨੂੰ ਪ੍ਰਤੱਖ ਕਰੋ ਤਾਂ ਕਵਾਂਗੇ ਮਾਸਟਰ ਰਚਿਤਾ slogan ਹੈ ਮਨ ਦੀ ਸਥਿਤੀ ਵਿੱਚ ਇਹੋ ਜਿਹਾ ਹਾਰ ਬਣੋ ਜੋ ਕੋਈ ਵੀ પરિਸਥਿਤੀ ਉਹਨੂੰ ਪਿੰਗਲਾ ਨਾ ਸਕੇ ਮਨ ਦੀ ਸਥਿਤੀ ਵਿੱਚ ਇਹੋ ਜਿਹਾ ਹਾਰ ਬਣੋ ਜੋ ਕੋਈ ਵੀ પરિਸਥਿਤੀ ਉਹਨੂੰ ਪਿਗਲਾ ਨਾ ਸਕੇ ਅੱਛਾ ਓਮ ਸ਼ਾਂਤੀ